ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਆਈਆਂ ਨੇ ਇੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਇਹੋ ਜਿਹੀਆਂ ਸਹੂਲਤਾਂ ਦਿੱਤੀਆਂ ਜਿੰਨੀਆਂ ਇਹਨੇ ਭਗਵੰਤ ਮਾਨ ਨੇ ਦਿੱਤੀਆਂ ਬਹੁਤ ਬਹੁਤ ਇਹਨੂੰ ਨਾ ਮਹਾਰਾਜ ਪਰਮਾਤਮਾ ਸ਼ਕਤੀ ਬਖਸ਼ ਕੇ ਇਹਨੂੰ ਮਾਰ ਬੜੀ ਵੱਡੀ ਉਮਰ ਕਰੇ ਕਦੇ ਮਾਤਾ ਜੀ ਪਹਿਲਾਂ ਵੀ ਯਾਤਰਾ ਕਰਕੇ ਆਏ ਹੋ ਨਹੀਂ ਯਾਤਰਾ ਕੀਤਾ ਉਤਰਾਖੰਡ ਸਾਨੂੰ ਬਹੁਤ ਹੀ ਰਾਤ ਰਾਤ ਸਾਨੂੰ ਤਿਆਰ ਕੀਤਾ ਕਰਦੇ ਨਹੀਂ ਜਾਣੇ ਮੈਂ ਜਾਣਾ ਜਾਣਾ ਭਗਵੰਤ ਮਾਨ ਨੇ ਤਿਆਰ ਕੀਤੀ ਸੰਗਤ ਮੈਂ ਜਾਣਾ ਜਾਣਾ ਬਹੁਤ ਹੀ ਮਜ਼ਾ ਆਇਆ ਬਹੁਤਾ ਹੀ ਜ਼ਿਆਦਾ ਇਹੋ ਜਿਹਾ ਕਦੀ ਨਹੀਂ ਆਇਆ ਅੱਗੇ ਗਏ ਨਾ ਕਦੀ ਨਹੀਂ ਆਇਆ ਇਹੋ ਜਿਹਾ ਜਿੰਨਾ ਅੱਜ ਆਉਣ ਦਿਆ ਸੀ ਬਹੁਤ ਵਧੀਆ ਜੀ ਜੋ ਦਰਸ਼ਨ ਗੁਰੂ ਕਰਦੇ ਨੇ ਮਹਾਰਾਜ ਇਹਨਾਂ ਨੇ ਚੜ੍ਹਦੀ ਕਲਾ ਕਰੇ ਗਾਂ ਬਾਰੇ ਵੀ ਗੁਰੂ ਧਰਮ ਨਾਲ ਸਾਨੂੰ ਜੋੜਦੇ ਨੇ 60 ਸਾਲ ਦੀ ਉਮਰ ਹੋ ਗਈ ਹੈ ਸਾਨੂੰ ਇਹ ਤੋਂ ਪਹਿਲਾਂ ਕਿਸੇ ਨੇ ਕਿਸੇ ਦੇ ਦਰਸ਼ਨ ਮੇਲੇ ਕਰਾਏ ਚਲੋ ਇੰਨਾ ਕਿਸੇ ਕੋਲ ਗਰੀਬ ਕੋਲ ਪੈਸਾ ਨਹੀਂ ਹੁੰਦਾ ਚਲੋ ਮਹਾਰਾਜ ਚੜ੍ਹਦੀ ਕਲਾ ਕਰੇ ਇਹਨਾਂ ਦੀ ਬਹੁਤ ਅੱਜ ਤੇ ਬਹੁਤ ਆਇਆ ਤੇ ਆਨੰਦ ਹੀ ਆਏ ਪਏ ਇੱਥੇ ਤੇ ਬਹੁਤ ਐਨ ਪੂਰਾ ਲੂੰ ਲੂੰ ਮੇਰਾ ਖਿੜਿਆ ਪਿਆ ਵੀ ਸੱਚੇ ਪਾਤਸ਼ਾਹ ਇਹੋ ਜਿਹੀ ਸਰਕਾਰ ਆਵੇ ਜਿਹੜਾ ਗਰੀਬਾਂ ਦੀ ਵੀ ਸੁਣੀ ਜਾਵੇ ਠੀਕ ਹੈ ਨਾ ਗਰੀਬਾਂ ਨੂੰ ਕਈਆਂ ਨੂੰ ਕਿਰਾਇਆ ਭਾੜਾ ਨਹੀਂ ਮਿਲਦਾ ਵਿਚਾਰੇ ਯਾਤਰਾ ਤੋਂ ਰਹਿ ਜਾਂਦੇ ਸਾਰੀ ਉਮਰ ਅਧੂਰੇ ਪਰਮੇਸ਼ਰ ਨੇ ਲਿਖਿਆ ਵਾ ਵੀ ਜਿਹੜਾ 60 ਸਾਲ ਤੱਕ ਮੇਰੇ ਕੋਲ ਆਵੇ ਤੇ 60 ਸਾਲ ਤੱਕ ਕਈਆਂ ਕੋਲ ਖਰਚਾ ਨਹੀਂ ਨਿਕਲਦਾ ਗਰੀਬੀ 'ਚ ਨਿਕਲ ਜਾਂਦਾ ਸਾਰੀ ਆਹ ਬਹੁਤ ਵਧੀਆ ਉਹਨਾਂ ਨੇ ਕੀਤਾ ਭਗਵੰਤ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹ ਰਹਿੰਦੀ ਦੁਨੀਆਂ ਤੱਕ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ 33 ਵਾਹ ਵੀ ਨਾ ਲੱਗੇ ਪਰ ਸਰਕਾਰਾਂ ਆਉਂਦੀਆਂ ਜਾਂਦੀਆਂ ਇੱਕ ਦੂਜੇ ਦੇ ਗਾਰਾ ਸੁੱਟੀ ਜਾਂਦੀਆਂ ਪਰ ਦੀਦਾ ਤਾਂ ਹੈਗਾ ਹੀ ਹੈ ਨਾ ਜੋ ਕੁਛ ਹੈਗਾ ਹੈ ਨਾ ਇਹ ਚੀਜ਼ ਆ ਵੀ ਭਗਵੰਤ ਮਾਨ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਵੀ ਤੂੰ ਅੱਗੇ ਵਾਸਤੇ ਵੀ ਜੋ ਵੀ ਕੰਮ ਕਰਨਾ ਸਾਫ਼ ਤੇ ਸੁਥਰਾ ਬੇਈਮਾਨੀ ਵਾਲਾ ਨਹੀਂ ਕਰਨਾ ਵਾਹਿਗੁਰੂ ਤੇਰੀ ਵੱਡੀ ਵੱਡੀ ਉਮਰ ਕਰੇ